ਜਿਹੜੀ ਫਕੀਰੀ ਹੈ ਇਹ ਸਾਰੀ ਉੱਥੋਂ ਸ਼ੁਰੂ ਹੋਈ ਹੈ, ਕਿਉਂਕਿ ਤਾਂ ਚੰਡੀ ਪੀਰ ਸਰਕਾਰ ਜਿਹਨਾਂ ਦੀ ਇਬਾਦਤ ਕੀਤੀ ਲਾਲਾ ਵਾਲੀ ਹਮੀਰ ਚੰਦ ਜੀ ਮਹਾਰਾਜ ਫਤਿਹਾਬਾਦ ਤੋਂ। ਥੋੜੀ ਗੱਲ ਸੁਣਾਉਣਾ, ਫਤਿਹਾਬਾਦ ਤੋਂ ਸਾਡੇ ਬਾਬਾ ਜੀ ਦਾ ਲਾਲਾ ਵਾਲੀ ਹਮੀਰ ਚੰਦ ਮਹਾਰਾਜ ਜੀ ਦਾ ਜੋ ਪਿਛੋਕੜ ਨਗਰ ਸੀ ਉੱਥੇ ਕਲਾਸ ਦੇ ਵਿੱਚ ਪੇਪਰ ਪਏ ਅਤੇ ਦਸੀ ਪੇਪਰ ਦਿੰਦੇ, ਉਹਨਾਂ ਨੇ ਵੀ ਪੇਪਰ ਦਿੱਤੇ ਅਤੇ ਨਿਆਣੇ ਜਿੱਦਾਂ ਚਲੇ ਜਾਂਦੇ ਸੰਤੂ ਮਹਾਤਮਾ ਕੋਲ ਕਿਸ ਕੋਲ ਗਏ, ਜਾ ਕੇ ਪੁੱਛਣ ਲੱਗੇ ਕਿ ਬਾਬਾ ਜੀ ਅਸੀਂ ਪਾਸ ਹੋ ਜਾ, ਲਾਲਾ ਵਾਲੀ ਸਰਕਾਰ ਵੀ ਨਾਲੇ ਤੁਰਿਓ, ਭਾਜੀ ਮੈਨੂੰ ਥੋੜ੍ਹਾ ਬੋਲਿੰਗ ਦੇ ਕੇ ਰੱਖੋ, ਨਾਲ ਗਏ ਅਤੇ ਬਾਬਾ ਜੀ ਅਸੀਂ ਪਾਸ ਹੋ ਜਾ। ਬਾਬਾ ਜੀ ਨੇ ਕਿਹਾ ਕਿ ਤੁਸੀਂ ਸਾਰੇ ਪਾਸ ਹੋ ਜਾਓਗੇ, ਹਾਂ ਸਾਰੇ ਪਾਸ ਹੋ ਜਾਓ। ਜਦੋਂ ਰਿਜ਼ਲਟ ਆਇਆ ਲਾਲਾ ਵਾਲੀ ਹਮੀਰ ਚੰਦ ਜੀ ਸਰਕਾਰ ਫੇਲ ਹੋ ਗਈ, ਫੇਲ ਹੋ ਗਈ, ਬਾਕੀ ਦੇ ਸਾਰੇ ਨਿਆਣੇ ਪਾਸ ਹੋ ਗਏ। ਪਾਸ ਹੋ ਗਏ ਤਾਂ ਬਾਬਾ ਜੀ ਨੇ ਕਿਹਾ ਕਿ ਜਾ ਕੇ ਉਹਨਾਂ ਮਹਾਂਪੁਰਸ਼ਾਂ ਨੂੰ ਪੁੱਛਿਆ ਜ਼ਰੂਰ ਜਾਵੇ ਕਿ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਫੇਲ ਕਿੱਦਾਂ ਹੋ ਗਿਆ, ਫੇਲ ਕਿੱਦਾਂ ਹੋ ਗਿਆ। ਜਾ ਕੇ ਬਾਬਾ ਜੀ ਨੇ ਜਾ ਕੇ ਸੰਤ ਮਹਾਤਮਾ ਕੋਲ ਪਹੁੰਚੇ ਕਿ ਬਾਬਾ ਜੀ ਮੈਂ ਫੇਲ ਹੋ ਗਿਆ, ਮੈਂ ਕਿਉਂ ਫੇਲ ਹੋ ਗਿਆ, ਮੇਰੇ ਨਾਲ ਦੇ ਸਾਰੇ ਪਾਸ। ਮਹਾਤਮਾ ਜੀ ਨੇ ਪਤਾ ਕੀ ਕਿਹਾ, ਕਹਿੰਦੇ ਹਵੀਰਿਆ ਤੂੰ ਪਾਸ ਹੋ ਗਿਆ, ਤੂੰ ਪਾਸ ਹੋ ਗਿਆ, ਤੂੰ ਫੇਲ ਜਾ ਚਲਿਆ ਜਾ, ਤੇਰੇ ਸਾਰੇ ਕਾਗਜ਼ ਪੱਤਰ ਚੰਡੀ ਪੀਰ ਸਰਕਾਰ ਕੋਲ ਪਏ ਆ, ਜਾ ਕੇ ਪਤਾ ਕਰ ਬਜਾਜ ਮਰਜ਼ੀ ਜਾ ਉੱਥੇ ਜਾ ਕੇ ਲੈ ਲੈ, ਤੇਰੇ ਸਾਰੀ ਸਰਟੀਫਿਕੇਟ ਉੱਥੇ ਹੀ ਮਿਲਣੇ, ਜਾ ਉੱਥੇ ਜਾ ਕੇ ਬਹਿ ਜਾ, ਤੈਨੂੰ ਜੋ ਕੁਛ ਵੀ ਮਿਲਣਾ ਉੱਥੇ ਹੀ ਮਿਲਣਾ। ਉੱਥੇ ਜਾ ਕੇ ਬੰਦਗੀ ਕੀਤੀ, ਹਾਂ ਆਪਣੇ ਸਰੀਰ ਦੇ ਕਸ਼ਟਾਂ ਚੱਲੀਆਂ ਤਾਂ ਜਾ ਕੇ ਤੁਸੀਂ ਇਹ ਫਕੀਰੀ ਉੱਥੋਂ ਸ਼ੁਰੂ ਹੋਈ। ਫਿਰ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਝਗੜਾ ਵਾਲਿਆਂ ਕੋਲ ਆਈ, ਆਹਾ ਉਸ ਤੋਂ ਕਹਾ ਰਾਜਾ ਵਾਲੀ ਸਰਕਾਰ ਕੋਲ ਆਈ। ਰਾਜਾ ਵਾਲੀ ਸਰਕਾਰ ਨੇ ਕਿਹਾ ਕਿ ਪ੍ਰੀਤਮ ਦਾਸ ਮਹਾਰਾਜ ਜੀ ਦੇ ਜਿਹਨੇ ਦਰਸ਼ਨ ਕਰਨਾ ਮੇਰੇ ਦਰਸ਼ਨ ਹੋ ਜਾਣੇ ਜ਼ੋਰਦਾਰ ਤਾੜੀਆਂ। ਉਹ ਪ੍ਰੀਤਮ ਪਾਤਸ਼ਾਹ ਝਗੜਾ ਵਾਲੇ ਸੁਭਾਅ ਕਰਮਾਂ ਵਾਲਿਆਂ ਨੂੰ ਮਿਲਦਾ ਰਾਜੇ ਦਾ ਦਰਬਾਰ, ਸਾਨੂੰ ਕੰਡਿਆਂ ਨੂੰ ਮਿਲਦਾ ਫੁੱਲਾਂ ਦੇ ਹਾਰ। ਜਿਹਨਾਂ ਜਿਹਨਾਂ ਨੂੰ ਵੀ ਮਿਲਿਆ ਉਹ ਦਰਬਾਰ ਫੁੱਲਾਂ ਦੇ ਹਾਰੇ ਮਿਲਿਆ ਸੁਭਾਅ। Thank you.
ਹੋ ਸਕੇ। ਰੱਬ ਮੈਨੂੰ ਐਸੀ ਕਿਸਮਤ ਨਾ ਦੇਵੇ ਜਿਸ ਕਿਸਮਤ ਵਿੱਚ ਤੇਰਾ ਨਾ ਤਾਰਾ ਨਾ ਹੋਵੇ। ਉਹ ਮੈਨੂੰ ਜੰਨਤ ਦੀ ਲੋੜ ਨਹੀਂ ਕੋਈ ਤੇਰੀ ਕਿਸਮਤ ਵਿੱਚ ਰਾਜੇ ਦਾ ਮਦਾਰਾ
ਸੇਵਾਦਾਰ ਪਿਆਰੇ, ਜਿੰਨੇ ਵੀ ਸੇਵਾਦਾਰ ਤਾਰੇ ਰਾਜਾ ਜੀ ਨੇ ਤਾਰੇ, ਸੇਵਾਦਾਰ ਪਿਆਰੇ, ਧੰਨ ਧੰਨ ਪੂਰਨ ਦਾਸ ਜੀ, ਧੰਨ ਪ੍ਰੀਤਮ ਚਿੰਗੜਾ ਵਾਲੇ, ਧੰਨ ਧੰਨ ਪੂਰਨ ਦਾਸ ਜੀ, ਧੰਨ ਪ੍ਰੀਤਮ ਚਿੰਗੜਾ ਵਾਲੇ, ਧੰਨ ਸੁਖਦੇਵ ਅਵਧੂਤ ਜੀ ਤਾਰੇ, ਧੰਨ ਸੁਖਦੇਵ ਅਵਧੂਤ ਜੀ ਤਾਰੇ, ਤਾਰੇ ਸਾਹਿਬ ਦਿਆਲ, ਸਾਹਿਬਦਿਆਲ ਬਾਬਾ ਜੀ ਨੇ ਮਹਾਰਾਜ ਵਾਸਤੇ ਰੋਜ਼ ਜੋੜਾ ਨਵਾਂ ਤਿਆਰ ਕਰਦੇ ਹੁੰਦੇ ਸੀ, ਕਿੰਨੀ ਵੱਡੀ ਸੇਵਾ ਦੇਖ ਲਓ, ਸੇਵਾ ਕਹਿੰਦੇ ਸੇਵਾ ਨੂੰ ਲੱਗਦਾ ਮੇਵਾ, ਨਹੀਂ ਤਾਂ ਕਰਕੇ ਤੂੰ ਬੇਵਾ, ਦੇਖ ਲਓ ਸਾਹਿਬਦਿਆਲ ਬਾਬਾ ਜੀ ਨੂੰ ਵੀ ਅੱਜ ਕੱਲ੍ਹ ਜ਼ਮਾਨਾ ਯਾਦ ਕਰਦਾ, ਕੁਛ ਦਿਨਾਂ ਪਹਿਲਾਂ ਅਸੀਂ ਚਿੱਕੜੀ ਗਾ ਕੇ ਆਏ ਹਾਂ, ਬਾਬਾ ਜੀ ਦੀ ਬਰਸੀ ਸਲਾਨਾ ਬਰਸੀ ਉਹਨਾਂ ਨੇ ਮਨਾਈ, ਰਾਜਾ ਜੀ ਨੇ ਤਾਰੇ ਹਾਂ
ਤਾੜੀਆਂ ਵਜਾਉਣੀਆਂ ਸਾਰਿਆਂ ਨੂੰ। ਗੱਲ ਕਿਹੜੀ ਹੈ? ਰਾਜੇ ਦੀ ਲੱਕੜ ਨਾ।